ਇਹ ਪੰਜਾਬ ਦੀ ਜ਼ਮੀਨ ਦੇ ਵਿੱਚ ਘੁਲਦੇ ਜ਼ਹਿਰ ਦੀ ਦਰਅਸਲ ਪੰਜਾਬ ਕੀਟਨਾਸ਼ਕਾਂ ਦੀ ਵਰਤੋਂ ਦੇ ਵਿੱਚ ਦੇਸ਼ ਭਰ ਦੇ ਵਿੱਚ ਮੋਹਰੀ ਸੂਬਾ ਹੈ। ਦੂਜੇ ਨੰਬਰ ਦੇ ਉੱਤੇ ਹਰਿਆਣਾ ਆਉਂਦਾ ਹੈ। ਪੰਜਾਬ ਦੇ ਵਿੱਚ ਜੇਕਰ ਅਸੀਂ ਖਾਦ ਦੀ ਵਰਤੋਂ ਦੀ ਗੱਲ ਕਰੀਏ ਤਾਂ ਯੂਰੀਆ ਵਰਤਣ ਦੇ ਵਿੱਚ ਵੀ ਪੰਜਾਬ ਸਭ ਤੋਂ ਅੱਗੇ ਹੈ। 375 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਯੂਰੀਏ ਦਾ ਇਸਤੇਮਾਲ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ DAP ਦੀ ਗੱਲ ਕਰੀਏ ਤਾਂ 91 ਕਿਲੋਗ੍ਰਾਮ ਪ੍ਰਤੀ ਹੈਕਟੇਅਰ DAP ਦੀ ਵਰਤੋਂ ਪੰਜਾਬ ਦੇ ਵਿੱਚ ਹੁੰਦੀ ਹੈ। ਯੂਰੀਆ ਵਰਤਣ ਦੇ ਮਾਮਲੇ ਦੇ ਵਿੱਚ ਹਰਿਆਣਾ ਦੇਸ਼ ਭਰ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੰਜਾਬ ਇਸ ਮਸਲੇ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ। ਤਾਂ ਖਾਦਾਂ ਦੀ ਵਰਤੋਂ ਪੰਜਾਬ 'ਚ ਵੱਡੇ ਪੱਧਰ 'ਤੇ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਇਸੇ ਦੀ ਵਜ੍ਹਾ ਕਰਕੇ ਜਿੱਥੇ ਪੰਜਾਬ ਦੀ ਜ਼ਮੀਨ ਜ਼ਹਿਰੀਲੀ ਹੋ ਰਹੀ ਹੈ ਅਤੇ ਕਿਸਾਨਾਂ ਦੀ ਲਾਗਤ ਖਰਚੇ ਵੀ ਇਸ ਦੀ ਵਜ੍ਹਾ ਕਰਕੇ ਵੱਧਦੇ ਨੇ। ਹਾਲਾਂਕਿ ਚੰਗੀ ਪੈਦਾਵਾਰ ਦੇ ਲਈ ਪੰਜਾਬ ਦਾ ਕਿਸਾਨ ਲਗਾਤਾਰ ਜਿਹੜਾ ਇਹ ਕੀਟਨਾਸ਼ਕਾਂ ਦੀ ਵਰਤੋਂ ਕਰ ਰਿਹਾ ਅਤੇ ਪੰਜਾਬ ਦੇ ਵਿੱਚ 375 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਯੂਰੀਏ ਦਾ ਇਸਤੇਮਾਲ ਪੰਜਾਬ ਦਾ ਕਿਸਾਨ ਕਰਦਾ ਹੈ, ਜਦਕਿ DAP 91 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਇਸ ਖਬਰ ਦੇ ਉੱਤੇ ਹੋਰ ਵਧੇਰੇ ਗੱਲਬਾਤ ਕਰਾਂਗੇ। ਸਾਡੇ ਪੱਤਰਕਾਰ ਅਰਵਿੰਦਰਪਾਲ ਤਨੇਜਾ ਇਸ ਵੇਲੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਅਰਵਿੰਦਰ, ਹਾਲਾਂਕਿ ਇਹ ਸਵਾਲ ਪਹਿਲਾਂ ਤੋਂ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ, ਪੰਜਾਬ ਦਾ ਕਿਸਾਨ ਬਹੁਤ ਲੰਬੇ ਸਮੇਂ ਤੋਂ ਖਾਦਾਂ ਦੀ ਵਰਤੋਂ ਕਰਦਾ ਆ ਰਿਹਾ, ਪਰ ਮੌਜੂਦਾ ਸਮੇਂ ਦੇ ਵਿੱਚ ਇੱਕ ਵੱਡੀ ਸਮੱਸਿਆ ਪੰਜਾਬ ਦੇ ਲਈ, ਕਿਸਾਨ ਦੇ ਕੋਲ ਵੀ ਕੋਈ ਬਦਲ ਨਹੀਂ ਹੈ, ਉਹ ਵਧੇਰੇ ਪੈਦਾਵਾਰ ਚਾਹੁੰਦਾ ਹੈ ਤਾਂ ਜੋ ਚੰਗੀ ਕਮਾਈ ਹੋਵੇ, ਪਰ ਇੱਕ ਪੰਜਾਬ ਦੀ ਜ਼ਮੀਨ ਦੇ ਲਈ ਇਹ ਇੱਕ ਵੱਡਾ ਖਤਰਾ ਵੀ ਹੈ ਕਿ ਪੰਜਾਬ ਦੀ ਜ਼ਮੀਨ ਲਗਾਤਾਰ ਜ਼ਹਿਰੀਲੀ ਹੋ ਰਹੀ ਹੈ। ਇਹ ਜਿਹੜੀ ਨਵੀਂ ਰਿਪੋਰਟ ਆਈ, ਪੰਜਾਬ ਦੇ ਹਾਲਾਤਾਂ ਬਾਰੇ ਕੀ ਕਹਿ ਰਹੀ? ਜੀ ਬਿਲਕੁਲ, ਜੋ ਰਿਪੋਰਟ ਆਈ ਹੈ, ਰਿਪੋਰਟ ਦੇ ਅਕੋਰਡਿੰਗ ਜਿਸ ਤਰ੍ਹਾਂ ਦੇ ਨਾਲ ਦੱਸਿਆ ਜਾ ਰਿਹਾ ਤਾਂ ਉੱਥੋਂ ਲੈ ਕੇ ਚਿੰਤਾ ਜਿਹੜੀ ਆ ਉਹ ਜ਼ਾਹਿਰ ਤੌਰ ਤੇ ਬਣਦੀ ਹੈ। ਜ਼ਮੀਨ ਜਿਹੜੀ ਆ ਉਹ ਸਾਡੀ ਦਿਨ ਬਾ ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪਾਣੀ ਪਹਿਲੇ ਖਰਾਬ ਹੋ ਚੁੱਕੇ ਹੈ, ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਮਾਲਵਾ ਬੈਲਟ ਜਿਹੜੀ ਹੈਗੀ ਹੈ, ਜੇ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਕੈਂਸਰ ਦੇ ਸਭ ਤੋਂ ਜ਼ਿਆਦਾ ਪੇਸ਼ੈਂਟ ਇੱਥੇ ਹੋ ਗਏ। ਗੱਲ ਕਿਸਾਨਾਂ ਨਾਲ ਵੀ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਕਿਸਾਨ ਫਰਟੀਲਾਈਜ਼ਰ ਨੂੰ ਯੂਜ਼ ਕਰਦੇ ਆ ਔਰ ਕੀ ਇਹੋ ਜਿਹੀ ਮਜਬੂਰੀ ਹੈ ਕਿ ਖੇਤੀਬਾੜੀ ਵਿਭਾਗ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੰਦਾ, ਜਿਸ ਕਾਰਨ ਜ਼ਿਆਦਾ ਯੂਜ਼ ਕੀਤਾ ਜਾ ਰਿਹਾ ਹੈ, ਜਾਂ ਕੋਈ ਹੋਰ ਕਾਰਨ ਹੈ, ਇਸ ਦੇ ਪਿੱਛੇ ਕਾਰਨ ਕੀ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕਿਸਾਨ ਮੌਜੂਦ ਨੇ, ਗੁਰਵਿੰਦਰ ਸਿੰਘ ਜੀ ਨਾਲ ਗੱਲ ਕਰਾਂਗੇ। ਗੁਰਵਿੰਦਰ ਜੀ, ਕੀ ਕਾਰਨ ਮੰਨਦੇ ਹੋ ਤੁਸੀਂ ਕਿ ਫਰਟੀਲਾਈਜ਼ਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ? ਦੇਖੋ ਜੀ, ਇਹ ਚ ਸਭ ਤੋਂ ਵੱਡੀ ਤਾਂ ਜਿਹੜਾ ਸਾਡਾ ਖੇਤੀਬਾੜੀ ਡਿਪਾਰਟਮੈਂਟ ਆ ਮਹਿਕਮਾ, ਉਹਦੀ ਨਾਕਾਮੀ। ਜਿਹੜਾ ਸਾਡਾ ਖੇਤੀਬਾੜੀ ਮਹਿਕਮਾ ਵਾ, ਸਰਕਾਰਾਂ ਦਾਅਵੇ ਤੋਂ ਬਹੁਤ ਵੱਡੇ ਵੱਡੇ ਕਰਦੀਆਂ, ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਕਿ ਅੱਜ ਤੱਕ ਜਿਹੜੇ ਖੇਤੀਬਾੜੀ ਮੁਲਾਜ਼ਮ ਨੇ ਜਾਂ ਖੇਤੀਬਾੜੀ ਮਹਿਕਮੇ ਦੇ ਅਫਸਰ ਨੇ, ਕਿ ਉਹ ਕਦੇ ਸਾਡੇ ਖੇਤਾਂ ਵਿੱਚ ਆਏ ਨੀ? ਉਹਨਾਂ ਨੇ ਆ ਕੇ ਦੱਸਿਆ ਕਿ ਕਿਸ ਚੀਜ਼ ਦੀ ਲੋੜ ਹੈ, ਕਿਸ ਫਰਟੀਲਾਈਜ਼ਰ ਦੀ ਲੋੜ ਹੈ, ਕਿਸ ਸਪਰੇਅ ਦੀ ਲੋੜ ਹੈ, ਤੁਸੀਂ ਉਹ ਕਰੋ। ਫਿਰ ਉਲਟਾ ਜਿਹੜਾ ਸਾਰਾ ਸਾਰਾ ਕਿਸਾਨ ਦੇ ਸਿਰ ਤੇ ਥੋਪ ਦਿੱਤਾ ਜਾਂਦਾ ਹੈ, ਕਿਸਾਨ ਨੂੰ ਤਾਂ ਇੱਕ ਬਦਨਾਮ ਕੀਤਾ ਜਾਂਦਾ ਪੰਜਾਬ ਦੇ ਕਿਸਾਨ ਨੂੰ, ਬਦਨਾਮ ਕਰਨ ਦੀ ਚਾਲ ਹੈ। ਫਰਟੀਲਾਈਜ਼ਰ ਦਾ ਤੁਸੀਂ ਦੇਖ ਲਓ, DAP ਹੈ, ਨਾ ਤਾਂ ਪਿਛਲੇ ਵਾਰ ਕਿਸਾਨ ਨੂੰ ਮਿਲੀ ਕਣਕ ਵੇਲੇ ਮਿਲੀ, ਨਾ ਝੋਨੇ ਵੇਲੇ ਮਿਲੀ, ਨਾ ਐਤਕੀ ਝੋਨੇ ਕਣਕ ਵੇਲੇ DAP ਮਿਲੀ ਹੈ, ਕਿਸਾਨ ਨੇ ਹੋਰ ਖਾਦਾਂ ਪਾ ਪੂ ਕੇ ਕਣਕਾਂ ਬੀਜੀਆਂ। ਬਿਲਕੁਲ ਇੱਕ ਰੈਕ ਲੱਗਿਆ ਇਫਕੋ ਦਾ ਸਾਡੇ ਜਲਾਲਾਬਾਦ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ, ਨਹੀਂ ਤਾਂ ਕੋਈ ਉਸ ਤੋਂ ਬਾਅਦ ਰੈਕ ਨਹੀਂ ਆਇਆ, ਖਾਦ ਪਹੁੰਚੀ ਨਹੀਂ ਸਾਡੇ ਕੋਲ DAP, ਅਸੀਂ ਹੋਰ ਖਾਦਾਂ ਛੋਟੀਆਂ ਮੋਟੀਆਂ ਮਿਲਾ ਕੇ ਬੀਜੀਆਂ, ਜੋ ਵੀ ਕਿਸਾਨ ਆਪਦੇ ਪੱਧਰ ਤੇ ਕਰਦਾ। ਅਸੀਂ ਇਹ ਕਹਿੰਦੇ ਹਾਂ ਸਰਕਾਰ ਨੂੰ ਪੁੱਛਦੇ ਹਾਂ ਕਿ ਸਾਡੇ ਕੋਲ ਤਨਖਾਹਾਂ ਕਿਸ ਤਰ੍ਹਾਂ ਦੀਆਂ ਰਹਿੰਦੀਆਂ, ਖੇਤੀਬਾੜੀ ਮਹਿਕਮਾ ਉੱਤੇ ਕੀ ਕਰਦਾ, ਸਾਨੂੰ ਆ ਕੇ ਤਜਵੀਜ਼ ਦਿੱਤੀ ਜਾਵੇ। ਜਿਵੇਂ ਝੋਨੇ ਨੂੰ ਅੱਗ ਲਾਉਣ ਵਾਲੀ ਗੱਲ ਕਰਦੇ ਆ ਵੀ ਤੁਸੀਂ ਪਰਾਲੀ ਨੂੰ ਅੱਗ ਕਿਉਂ ਲਾਈ, ਝੋਨੇ ਦੀ ਪਰਾਲੀ ਨੂੰ, ਕਣਕ ਦੀ ਪਰਾਲੀ ਨੂੰ ਅੱਗ ਲਾਈ, ਉਹ ਦਿੱਲੀ ਤੋਂ ਅੱਗ ਲਈ, ਅੱਗ ਕੱਲੇ ਪੰਜਾਬ 'ਚ ਥੋੜੀ ਲੱਗਦੀ ਹੈ, ਪੰਜਾਬ ਨੂੰ ਤਾਂ ਬਦਨਾਮ ਕਰਦੇ, ਅੱਗ ਤਾਂ ਮੱਧ ਪ੍ਰਦੇਸ਼ ਹੀ ਲੱਗਦੀ ਹੈ, ਉੱਤਰ ਪ੍ਰਦੇਸ਼ ਹੀ ਲੱਗਦੀ ਹੈ, ਰਾਜਸਥਾਨ ਹੀ ਲੱਗਦੀ ਹੈ, ਝੋਨਾ ਹਰ ਸਟੇਟ 'ਚ ਹੁੰਦਾ, ਉਵੇਂ ਇਹ ਫਰਟੀਲਾਈਜ਼ਰ ਦੀ ਖਪਤ ਹਰ ਸਟੇਟ 'ਚ ਹੈ। ਉਹਦੇ 'ਚ ਕਿਹਾ ਗਿਆ ਨਾ ਕਿ ਹਰਿਆਣਾ ਦੂਜੇ ਨੰਬਰ 'ਤੇ, ਪੰਜਾਬ ਹਰਿਆਣਾ। ਮਾਫੀ ਰੋਕ ਰਿਹਾ, ਤੁਸੀਂ ਗੱਲਬਾਤ ਜਾਰੀ ਰੱਖੋ, ਅੱਗੇ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਸੁਣਾਉਂਦੇ ਰਹਾਂਗੇ।